ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਟ੍ਰੈਵਲਰ ਕਿਟਸ 'ਤੇ ਤੁਹਾਡਾ ਸਵਾਗਤ ਹੈ। ਲਓ ਜੀ, ਆਪਾਂ ਪਹੁੰਚ ਚੁੱਕੇ ਹੈਗੇ ਅੱਜ ਕਾਜਾ ਦੀ ਧਰਤੀ 'ਤੇ। ਪਹੁੰਚਣ ਨੂੰ ਤਾਂ ਕਈ ਦਿਨ ਹੋ ਗਏ ਆ, ਪਰ ਆਪਾਂ ਇੱਥੋਂ ਜਿੱਧਰੋਂ ਆਪਾਂ ਹਿੱਕਮ ਨੂੰ ਜਾਵਾਂਗੇ ਉਹ ਰਸਤਾ ਵੀ ਵਿਖਾਉਣਾ ਮੈਂ ਜ਼ਰੂਰੀ ਸਮਝਿਆ। ਅਤੇ ਆਪਾਂ ਅੱਜ ਦੇ ਸਫ਼ਰ ਦੀ ਕਰਦੇ ਹਾਂ ਸ਼ੁਰੂਆਤ। ਜਿਵੇਂ ਕਿ ਲਾਸਟ ਵਿਲੇਜਸ ਤੁਸੀਂ ਲਾਂਗਜਾ ਦੇਖ ਕੇ ਆਏ ਹੋ, ਮੇਰੇ ਨਾਲ ਕੌਮਿਕ ਵੀ ਤੁਸੀਂ ਵੇਖ ਕੇ ਆਏ ਹੋ, ਉਵੇਂ ਹੀ ਆਪਾਂ ਗੰਜੀਆਂ ਪਹਾੜੀਆਂ ਦੇ ਉੱਪਰ ਦੀ ਅੱਗੇ ਨੂੰ ਵਧਾਂਗੇ। ਅਤੇ ਆਪਾਂ ਗੱਡੀ ਥੱਲੇ ਨੂੰ ਲਾਹਤੀ ਹੈਗੀ, ਤੁਸੀਂ ਕਹਿ ਲਓ ਹਿੱਕਮ ਵੱਲ ਨੂੰ, ਥੋੜ੍ਹੀ ਜਿਹੀ ਆਫ ਰੋਡਿੰਗ ਕਰਾਂਗੇ ਅਤੇ ਬਾਕੀ ਵਧੀਆ ਕਨੈਕਟਡ ਮੋਟਰੇਬਲ ਰੋਡ ਹੈਗਾ। ਅਤੇ ਸਾਹਮਣੇ ਆਪਾਂ ਹਿੱਕਮ ਵਿਲੇਜ ਦੇਖ ਰਹੇ ਹਾਂ, ਅਤੇ ਉਹ ਸਾਹਮਣੇ ਰੈੱਡ ਕਲਰ ਦਾ ਜਿਹੜਾ ਆਪਾਂ ਦੇਖ ਰਹੇ ਪੋਸਟ ਆਫਿਸ ਆ। ਇਹ ਆਪਾਂ ਨੂੰ ਕੈਮਰੇ ਦੇ ਜ਼ੂਮ ਦਾ ਭਰਪੂਰ ਫਾਇਦਾ ਲੈਂਦੇ ਹੋਏ ਆਪਾਂ, ਅਤੇ ਇਹਨਾਂ ਨੇ ਜਿਹੜੀ ਫਸਲ ਕੱਟ ਕੇ ਨਾ ਆਪਦਿਆਂ ਰੂਫ ਦੇ ਉੱਤੇ ਛੱਤਾਂ ਦੇ ਉੱਤੇ ਰੱਖੀ ਹੋਈ ਆ। ਇਹ ਤੋਂ ਇਹ ਸਰਦੀਆਂ 'ਚ ਜਦੋਂ ਬੰਦ ਹੋ ਜਾਂਦਾ ਹੈਵੀ ਸਨੋਫਾਲ 'ਚ ਸਾਰਾ ਕੁਛ, ਕਨੈਕਟ ਰੋਡ ਕਨੈਕਟੀਵਿਟੀ ਵੀ ਬੰਦ ਹੋ ਜਾਂਦੀ ਆ, ਤਾਂ ਉਦੋਂ ਇਹ ਇਹਨਾਂ ਫਸਲਾਂ ਤੋਂ ਕੰਮ ਲੈਂਦੇ ਆ। ਕੁਛ ਤਾਂ ਅੱਗ ਜਲਾਉਣ ਦੇ ਕੰਮ ਲੈਂਦੇ ਆ, ਕੁਛ ਜਿਹੜੇ ਇਹਨਾਂ ਦੇ ਕੋਲ ਇਹਨਾਂ ਦੇ ਐਨੀਮਲਸ ਰੱਖੇ ਹੋਏ ਹੈਗੇ, ਜਾਨਵਰ ਰੱਖੇ ਹੋਏ, ਉਹਨਾਂ ਲਈ ਕੰਮ ਲੈਂਦੇ ਹੈਗੇ। ਕੁਛ ਜਿਵੇਂ ਛੱਤਾਂ ਦੇ ਉੱਤੇ ਸਨੋਫਾਲ ਜ਼ਿਆਦਾ ਹੋਣ ਨਾਲ ਛੱਤਾਂ ਠਰਨ ਨਾ, ਉੱਪਰੋਂ ਹੀਟ ਬਣੀ ਰਹੇ, ਉਹਦੇ ਲਈ ਵੀ ਇਹ ਉੱਪਰ ਇਹ ਯੂਜ਼ ਕਰਦੇ ਆ। ਲਓ ਜੀ, ਆਪਾਂ ਹਿੱਕਮ ਦੇ ਪੂਰਾ ਪਹੁੰਚ ਚੁੱਕੇ ਹਾਂ ਚੌਂਕ ਦੇ ਵਿੱਚ, ਅਤੇ ਇੱਥੇ ਇੱਕ ਦੋ ਯਾਦਗਾਰੀ ਪਲ ਵੀ ਬਤਾਵਾਂਗੇ, ਫੋਟੋਆਂ ਵੀ ਕਰਾਵਾਂਗੇ। ਅਤੇ ਇਹ ਜਿਵੇਂ ਤੁਸੀਂ ਕਹੋ ਸੈਲਫੀ ਪੁਆਇੰਟ ਹੈਗਾ ਹਿੱਕਮ ਦਾ ਪੋਸਟ ਆਫਿਸ ਦੇ ਲਈ। ਅਤੇ ਫੋਨ ਆ ਗਿਆ ਸੀਗਾ, ਚਲੋ ਕੋਈ ਨਹੀਂ ਆਪਾਂ ਉਹਨੂੰ ਡਿਸਕਨੈਕਟ ਕਰਦੇ ਹਾਂ, ਅਤੇ ਸੈਲਫੀ ਪੁਆਇੰਟ ਦੇ ਵਿੱਚ ਸੈਲਫੀ ਕਰਾਵਾਂਗੇ। ਪਰ ਉਦੋਂ ਪਹਿਲਾਂ ਤੁਹਾਡੇ ਨਾਲ ਵਿਊ ਸਾਰੇ ਸਾਂਝੇ ਕਰਦੇ ਹਾਂ। ਅਤੇ ਵਿਊ ਤਾਂ ਜਿਵੇਂ ਤੁਸੀਂ ਕਹਿ ਲਓ ਇਹਨਾਂ ਪਹਾੜਾਂ ਦੇ ਵਿੱਚ ਕੋਈ ਕਮੀ ਨਹੀਂ ਗੀ, ਸਿਰੇ ਤੋਂ ਸਿਰਾ ਲੱਗਾ ਪਿਆ। ਇਸੇ ਤਰ੍ਹਾਂ ਹੀ ਆਪਾਂ ਅੱਗੇ ਨੂੰ ਵੱਧਦੇ ਹਾਂਗੇ। ਆ ਜਾਓ, ਤੁਹਾਨੂੰ ਲੈ ਚੱਲਦੇ ਹਾਂ ਹੁਣ ਇਹ ਲਾਸਟ ਬੋਰਡ ਵਿਖਾਉਣ ਤੋਂ ਬਾਅਦ ਪੋਸਟ ਆਫਿਸ ਵੱਲ ਨੂੰ। ਲੈ ਵੀ ਇੱਥੇ ਹਾਈਟ ਲਿਖੀ ਹੋਈ ਸੀ, ਆਪਾਂ ਗੱਡੀ ਕਰ ਦਿੱਤੀ ਪਾਰਕ। ਨਹੀਂ, ਗੱਡੀ ਆਪਾਂ ਅੱਗੇ ਲੈ ਕੇ ਚੱਲਦੇ, ਥੋੜ੍ਹਾ ਜਿਹਾ ਹੋਰ ਅੱਗੇ ਜਾਣਾ ਪਊ, ਪੈਦਲ ਨਹੀਂ ਚੱਲਦੇ। ਥੋੜ੍ਹੀ ਆਕਸੀਜਨ ਦੀ ਕਮੀ ਹੋਣ ਕਾਰਨ ਥੋੜ੍ਹਾ ਜਿਹਾ ਆਪਾਂ ਯੂਜ਼ ਟੂ ਨਹੀਂ ਗਏ, ਅਤੇ ਉਹ ਚੱਲਣ ਦੇ ਵਿੱਚ ਜਿਹੜਾ ਆਪਾਂ ਨੂੰ ਦਿੱਕਤ ਮਹਿਸੂਸ ਹੁੰਦੀ ਹੈਗੀ। ਅਤੇ ਕੋਈ ਨਹੀਂ, ਆਪਾਂ ਗੱਡੀ ਲੈ ਚੱਲਦੇ ਹਾਂ, ਵਾਕ ਨਹੀਂ ਕਰਦੇ ਗੇ, ਸੈਲਫੀ ਪੁਆਇੰਟ ਤੋਂ ਵੱਧਦੇ ਹਾਂ ਅੱਗੇ ਨੂੰ। ਹਾਂਜੀ, ਚਿੱਠੀ ਪਾਉਣ ਆਏ ਸੀ ਪਰ ਬੰਦ ਆ। ਬੰਦ ਆ ਜੀ, ਹੁਣ ਇੰਨੀ ਦੂਰ ਆਏ ਸੀ, ਕਰੀਏ ਗੱਲਬਾਤ, ਖਿਲਾ ਲੈਂਦੇ ਆਪਾਂ। ਭਾਈ ਸਾਹਿਬ, ਜਿਹੜਾ ਲੈਟਰ ਬਾਕਸ ਹੁੰਦਾ ਨਾ, ਉਹਨੂੰ ਲੌਕ ਹੀ ਲੱਗਿਆ ਹੁੰਦਾ। ਓ, ਉਹਦੇ ਵਿੱਚ ਪਾਉਣੀ ਆ, ਡਾਕੀ ਆ ਕੇ ਕੱਢ ਕੇ ਲੈ ਕੇ ਜਾਊਗਾ। ਕੀ ਬਾਤ ਹੈ, ਥਿਸ ਇਜ਼ ਅ ਵੈਰੀ ਬਿਗ ਲੈਟਰ ਬਾਕਸ, ਇਟਸ ਨਾਟ ਅ ਪੋਸਟ ਆਫਿਸ। ਉੱਥੋਂ ਦੀ ਪਾਉਗੇ ਭਾਈ? ਹਾਂਜੀ, ਉੱਪਰ ਦੀ ਪੈਣੀ ਆ, ਉੱਤੋਂ ਦੀ ਪੈਣੀ ਆ ਜੀ, ਬਣਿਆ। ਲਓ ਜੀ, ਇਹ ਆ ਜੀ ਲੈਟਰ ਬਾਕਸ, ਤੇ ਪੱਤਰ ਪੈਂਦੇ ਆ ਚ। ਨਹੀਂ, ਉੱਤੋਂ ਦੀ ਵੀ ਪਾ ਸਕਦੇ ਆ। ਤੇ ਬਾਈ ਜੀ ਹੁਣੇ ਪਾਇਆ ਹੈ ਆਪਦਾ ਪੱਤਰ, ਹੁਣ ਮੈਂ ਆਪਦਾ ਪੱਤਰ। ਲਓ ਜੀ, ਚਿੱਠੀ ਪੱਤਰ ਪਾਉਣ ਤੋਂ ਬਾਅਦ ਆਪਾਂ ਇੱਥੋਂ ਦੀ ਇੱਕ ਛੋਟੀ ਜਿਹੀ ਰਾਉਂਡੀ ਲਾਉਂਦੇ ਹਾਂ। ਭਾਰਤੀ ਡਾਕ ਵਿਭਾਗ, ਲੈ ਵੀ ਇਹ ਵਰਲਡ ਦਾ ਸਭ ਤੋਂ ਹਾਈਐਸਟ ਪੋਸਟ ਆਫਿਸ ਆ ਜਿਹੜਾ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਅਤੇ ਜੇ ਆਪਾਂ ਇੱਥੋਂ ਦੀ ਹਾਈਟ ਦੀ ਗੱਲ ਕਰਦੇ ਹਾਂ, ਤਾਂ ਇਹ ਸਮੁੰਦਰ ਤਲ ਤੋਂ ਸੀ ਲੈਵਲ ਤੋਂ 14,400 ਫੁੱਟ ਦੀ ਉਚਾਈ 'ਤੇ ਆ। ਅਤੇ ਜਿਵੇਂ ਆਪਾਂ ਸਰਦੀਆਂ ਦੀ ਗੱਲ ਕਰਦੇ ਹਾਂ, ਤਾਂ ਜਿਹੜਾ ਇੱਥੋਂ ਦਾ ਟੈਂਪਰੇਚਰ ਹੈਗਾ ਕੋਈ -18-20 ਡਿਗਰੀ ਤੱਕ ਪਹੁੰਚ ਹੀ ਜਾਂਦਾ ਹੈ। ਅਤੇ ਜਿਹੜੇ ਇੱਥੋਂ ਦੇ ਘਰ ਆਪਾਂ ਥੱਲੇ ਵੇਖ ਰਹੇ ਸੀ, ਉਹ ਜ਼ਿਆਦਾਤਰ ਲੱਕੜ ਦੇ ਅਤੇ ਪੱਥਰ ਦੇ ਅਤੇ ਮਿੱਟੀ ਦੇ ਬਣੇ ਹੋਏ ਆ। ਅਤੇ ਕੌਮਿਕ ਵਿਲੇਜ ਤੋਂ ਕੁਝ ਜ਼ਿਆਦਾ ਦੂਰ ਨਹੀਂ ਗਾ, ਤੁਸੀਂ ਕਹਿ ਸਕਦੇ 2-4 ਕਿਲੋਮੀਟਰ ਦੀ ਦੂਰੀ 'ਤੇ ਹੀ ਆ।
ਅਤੇ ਇੱਥੋਂ ਦੀ ਇੱਕ ਹੋਰ ਖਾਸੀਅਤ ਆ ਜਿਹੜੀ ਕਿ ਮੈਂ ਤੁਹਾਡੇ ਨਾਲ ਸਪੈਸ਼ਲੀ ਸਾਂਝੀ ਕਰਨੀ ਚਾਹੂੰਗਾ। ਇੱਥੋਂ ਦੀ ਖਾਸੀਅਤ ਇਹ ਹੈਗੀ ਵੀ ਜਦੋਂ ਇਲੈਕਸ਼ਨ ਹੁੰਦੇ ਆ ਤਾਂ ਇਹ ਵਰਲਡ ਦਾ ਹਾਈਐਸਟ ਪੋਲਿੰਗ ਬੂਥ ਵੀ ਆ। ਇਹ ਬਹੁਤ ਕੰਮ ਦੀ ਚੀਜ਼ ਆ ਜਿਹੜੀ ਕਿ ਜ਼ਿਆਦਾ ਮੇਰੇ ਭਰਾਵਾਂ ਨੂੰ ਨਹੀਂ ਪਤਾ। ਤਾਂ ਇਲੈਕਸ਼ਨਾਂ ਦੇ ਵਿੱਚ ਜਿਵੇਂ ਕੌਮਿਕਾ ਲਾਂਜਾ ਤਾਂ ਜਿਹੜਾ ਇਲੈਕਸ਼ਨ ਬੂਥ ਆ ਤਾਂ ਉਹ ਇੱਥੇ ਹੀ ਲੱਗਦਾ ਹਿੱਕਮ ਦੇ ਵਿੱਚ। ਤਾਂ ਇਹਦਾ ਵਰਲਡ ਦਾ ਸਭ ਤੋਂ ਹਾਈਐਸਟ ਪੋਲਿੰਗ ਬੂਥ ਇੱਥੇ ਲੱਗਦਾ। ਅਤੇ ਇੱਥੇ ਇੱਕ ਹੋਰ ਗੱਲ ਆ ਵੀ ਇੱਥੇ ਐਗਰੀਕਲਚਰ ਲੈਂਡ ਥੋੜ੍ਹੀ ਬਹੁਤੀ ਹੈਗੀ ਆ, ਸਾਰਾ ਕੋਲਡ ਡੈਜ਼ਰਟ ਨੀਗਾ। ਅਤੇ ਜਿਹੜੀ ਥੋੜ੍ਹੀ ਬਹੁਤੀ ਐਗਰੀਕਲਚਰ ਲੈਂਡ ਹੈਗੀ ਆ ਉਹਦੀ ਜੇ ਆਪਾਂ ਗੱਲ ਕਰੀਏ ਤਾਂ ਹੁਣ ਇਹਨਾਂ ਨੇ ਇੱਥੇ ਇੱਕ ਵਾਟਰ ਰਿਜ਼ਰਵਰ ਵੀ ਬਣਾਇਆ ਹੋਇਆ। ਜਿਵੇਂ ਹੁਣ ਸਰਦੀਆਂ ਦੇ ਵਿੱਚ ਬਾਰਿਸ਼ਾਂ ਤਾਂ ਨਹੀਂ ਇੱਥੇ ਕੋਈ ਬਾਲੀਆਂ ਹੁੰਦੀਆਂ, ਸਰਦੀਆਂ 'ਚ ਸਨੋਫਾਲ ਹੋਊਗੀ। ਸਨੋਫਾਲ ਦਾ ਜਿਹੜਾ ਪਾਣੀ ਆ ਉਹ ਸਾਹਮਣੇ ਆਪਾਂ ਨੂੰ ਦਿਖਾਈ ਦੇ ਰਿਹਾ, ਛੋਟਾ ਜਿਹਾ ਵਾਟਰ ਰਿਜ਼ਰਵਰ। ਅਤੇ ਉਹ ਇੱਥੇ ਇਹ ਬਰਫ਼ ਜਿਹੜਾ ਸਨੋਫਾਲ ਦਾ ਪਾਣੀ ਹੁੰਦਾ ਉਹ ਇਕੱਠਾ ਕਰ ਲੈਂਦੇ ਆ ਅਤੇ ਉਹਨੂੰ ਬਾਅਦ 'ਚੋਂ ਇਰੀਗੇਸ਼ਨ ਲਈ, ਖੇਤੀ ਲਈ, ਐਗਰੀਕਲਚਰ ਲਈ ਜਾਂ ਐਨੀਮਲਸ ਲਈ, ਉਹਨਾਂ ਨੂੰ ਪਾਣੀ ਪਿਆਉਣ ਲਈ ਉਹ ਯੂਜ਼ ਕਰਦੇ ਆ, ਵਰਤੋਂ ਵਿੱਚ ਲਿਆਉਂਦੇ ਆ। ਅਤੇ ਇੱਕ ਦੂਰੋਂ ਮਤਲਬ ਪਿੰਡ ਦਾ ਇੱਕ ਅਨੋਖਾ ਨਜ਼ਾਰਾ ਜਿਹੜਾ ਸਾਨੂੰ ਦੇਖਣ 'ਚ ਮਿਲ ਰਿਹਾ, ਮੈਂ ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾ 360 ਵਿਊ ਦੇ ਵਿੱਚ। ਅਤੇ ਸਾਰੇ ਜਣੇ ਬੜੇ ਸ਼ੌਂਕ ਨਾਲ ਲੈਟਰ ਬੋਕਸ ਦੇ ਨਾਲ ਫੋਟੋਆਂ ਕਰਾ ਰਹੇ ਆ। ਅਤੇ ਹੁਣ ਵਾਰੀ ਮੇਰੀ ਵੀ ਆ ਗਈ, ਆਪਾਂ ਵੀ ਦੋ ਚਾਰ ਜਿਹੜੀਆਂ ਯਾਦਗਾਰੀ ਤਸਵੀਰਾਂ ਹੈਗੀਆਂ ਉਹ ਖਿਚਾਵਾਂਗੇ ਅਤੇ ਤੁਹਾਡੇ ਨਾਲ ਸਾਂਝੀਆਂ ਵੀ ਕਰਾਂਗੇ ਅਤੇ ਵਧੀਆ ਲੱਗੂਗਾ ਤੁਹਾਨੂੰ ਵੀ ਅਤੇ ਮੈਨੂੰ ਵੀ। ਅਤੇ ਆਪਾਂ ਇਸੇ ਤਰ੍ਹਾਂ ਹੀ ਇੱਥੋਂ ਹੁਣ ਚੱਲਦੇ ਹਾਂ ਅਤੇ ਮੈਂ ਤੁਹਾਡੀ ਨੌਲੇਜ ਦੇ ਵਿੱਚ ਜਾਣਕਾਰੀ 'ਚ ਇੱਕ ਹੋਰ ਵਾਧਾ ਕਰਦਾ ਕਿ ਆਪਾਂ ਨੂੰ ਬੈਕ ਉਸੇ ਰੋਡ ਵਾਪਸ ਜਾਣ ਦੀ ਜ਼ਰੂਰਤ ਨਹੀਂ ਗੀ ਅਤੇ ਆਪਾਂ ਇੱਧਰ ਦੀ ਹੋਰ ਵਿਊ ਦੇਖਦੇ ਹੋਏ, ਅਲੱਗ ਤੋਂ ਅਲੱਗ ਕਿਸਮ ਦੇ ਪਹਾੜ ਵੇਖਦੇ ਹੋਏ ਆਪਾਂ ਅੱਗੇ ਨੂੰ ਵਧਾਂਗੇ। ਇਹ ਰਸਤਾ ਜਿਹੜਾ ਬਿਲਕੁਲ ਆਫ ਰੋਡਿੰਗ ਆ, ਇਹਦੇ ਉੱਤੇ ਤੁਹਾਨੂੰ ਪਹਾੜ ਬਹੁਤ ਤਰ੍ਹਾਂ ਦੇ ਜਿਵੇਂ ਕਿ ਹੁਣ ਮਿੱਟੀ ਦਾ ਰੰਗ ਬਦਲ ਚੁੱਕਿਆ, ਰੋਡ ਤੁਹਾਨੂੰ ਬਿਲਕੁਲ ਵੱਲਾ ਮਿਲੂਗਾ, ਤੁਸੀਂ ਕਹਿ ਲਓ ਵੀ 30-40 ਮਿੰਟ ਆਪਾਂ ਨੂੰ ਲੱਗਣਗੇ ਰਸਤੇ ਦੇ। ਅਤੇ ਥੱਲੇ ਆਪਾਂ ਨੂੰ ਕਾਜਾ ਸ਼ਹਿਰ ਦਾ ਜਿਹੜਾ ਨਜ਼ਾਰਾ ਵੇਖ ਰਹੇ ਹਾਂ ਆਪਾਂ, ਜਿਹੜਾ ਕਿ ਨਦੀ ਦੇ ਕਿਨਾਰੇ ਵਸਿਆ ਹੋਇਆ, ਇਹ ਉੱਪਰੋਂ ਆਪਾਂ ਨੂੰ ਕਾਜਾ ਦੇਖਣ ਨੂੰ ਮਿਲ ਰਿਹਾ ਅਤੇ ਪਰ ਆਪਾਂ ਨੂੰ ਘੁੰਮ ਕੇ ਨੀਚੇ ਜਾਣ ਤੱਕ ਕਾਫੀ ਟਾਈਮ ਲੱਗੂ ਹਜੇ। ਅਤੇ ਆਪਾਂ ਉਹਦੇ ਜਿੰਨੇ ਪਿਆਰੇ ਪਿਆਰੇ ਵਿਊ ਹੈਗੇ ਸੋਹਣੇ ਸੋਹਣੇ ਉਹ ਸਾਰੇ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਜਾਵਾਂਗੇ। ਇਹ ਉਹੀ ਪਹਾੜੀ ਦੇ ਉੱਤੇ ਫਲੈਗ ਆ ਜਿਹੜੇ ਆਪਾਂ ਆਪਣੀਆਂ ਲਾਸਟ ਵੀਡੀਓਜ਼ ਵਿੱਚ ਕਾਜਾ ਤੋਂ ਵੀ ਤੁਹਾਡੇ ਨਾਲ ਸ਼ੇਅਰ ਕੀਤੇ ਸੀ ਅਤੇ ਜਦੋਂ ਆਪਾਂ ਜਰਨੀ ਸ਼ੁਰੂ ਕੀਤੀ ਆ ਉਦੋਂ ਵੀ ਆਪਾਂ ਤੁਹਾਡੇ ਨਾਲ ਇਹ ਸ਼ੇਅਰ ਕੀਤੇ ਸੀ ਜਦੋਂ ਆਪਾਂ ਲਾਂਘਜਾ ਨੂੰ ਜਾ ਰਹੇ ਸੀਗੇ। ਅਤੇ ਹੁਣ ਆਪਾਂ ਵੱਧਦੇ ਹਾਂ ਅੱਗੇ ਨੂੰ, ਇਹ ਪਹਾੜਾਂ ਦੇ ਵਿੱਚੋਂ ਕੱਟ ਕੱਟ ਕੇ ਵੱਢ ਵੱਢ ਕੇ ਰਸਤਾ ਜਿਹੜਾ ਬਣਾਇਆ ਗਿਆ ਅਤੇ ਪਰ ਹਜੇ ਪੱਕਾ ਨਹੀਂ ਕੀਤਾ ਗਿਆ, ਸ਼ਾਇਦ ਆਫ ਰੋਡਿੰਗ ਨੂੰ ਵੀ ਪ੍ਰੈਫਰੈਂਸ ਦਿੰਦੇ ਆ ਉਹਦੇ ਕਰਕੇ ਹਜੇ ਉੱਦਾਂ, ਬਾਕੀ ਤਾਂ ਸਾਰਾ ਰੋਡ ਬਿਲਕੁਲ ਨਵਾਂ ਸੀ। ਅਤੇ ਜਦੋਂ ਸਰਦੀਆਂ ਦੇ ਵਿੱਚ ਜ਼ਿਆਦਾ ਸਨੋਫਾਲ ਹੁੰਦੀ ਆ ਤਾਂ ਇਹ ਜਿਹੜੇ ਵਿਲੇਜ ਆ ਇਹ ਤੁਸੀਂ ਕਹਿ ਲਓ ਕਾਜਾਂ ਨਾਲੋਂ ਵੀ ਕੱਟ ਆਫ ਹੋ ਜਾਂਦੇ ਆ ਅਤੇ ਬਾਕੀ ਹਿਮਾਲਿਆ ਨਾਲੋਂ ਤਾਂ ਇਹਨਾਂ ਨੇ ਕੱਟ ਆਫ ਹੋਣਾ ਹੀ ਆ। ਅਤੇ ਇਸ ਤੋਂ ਬਾਅਦ ਮੈਂ ਤੁਹਾਡੇ ਨਾਲ ਥੋੜ੍ਹੀ ਜਾਣਕਾਰੀ ਹੋਰ ਸਾਂਝੀ ਕਰਦਾ ਵੀ ਇਹ ਤਿੰਨੇ ਵਿਲੇਜ ਵੇਖਣ ਤੋਂ ਬਾਅਦ ਆਪਾਂ ਕਿੱਬਰ ਜਾ ਸਕਦੇ ਹਾਂ। ਕਿੱਬਰ ਜਿੱਥੇ ਕਿ ਤੁਸੀਂ ਕਹਿ ਲਓ ਵੀ ਸਟਾਰ ਗੈਜਰਿੰਗ ਆਪਾਂ ਦੇਖ ਸਕਦੇ ਹਾਂ, ਜਿਹਦੇ ਬਾਰੇ ਡਿਸਕਸ ਮੈਂ ਲਾਸਟ ਵਲੋਗ 'ਚ ਤੁਹਾਡੇ ਨਾਲ ਕਰ ਚੁੱਕਿਆਂ। ਤੁਸੀਂ ਆਪਣਾ ਲਾਸਟ ਵਲੋਗ ਜਿਹੜਾ ਕੌਮਿਕ ਦਾ ਵੇਖ ਸਕਦੇ ਹੋ, ਉਹ 'ਚ ਆਪਾਂ ਕਿੱਬਰ ਬਾਰੇ ਗੱਲਬਾਤ ਕਰ ਚੁੱਕੇ ਹਾਂ। ਅਤੇ ਅਗਲੀ ਗੱਲਬਾਤ ਮੈਂ ਤੁਹਾਡੇ ਨਾਲ ਇਹ ਕਰਨੀ ਚਾਹੂੰ ਵੀ ਕਿੱਬਰ ਤੋਂ ਅੱਗੇ ਆਪਾਂ ਨੂੰ ਆਪਾਂ ਜਾ ਸਕਦੇ ਹਾਂ, ਸੋਰੀ ਕੀ ਮਿਨਿਸਟਰੀ ਜਿਹੜਾ ਕੀ ਵਿਲੇਜ ਆ ਉਹ ਵੀ ਆਪਾਂ ਨੂੰ ਵੇਖਣ ਨੂੰ ਮਿਲੂਗਾ। ਕੀ ਮਿਨਿਸਟਰੀ ਜਾਵਾਂਗੇ, ਉਸ ਤੋਂ ਬਾਅਦ ਆਪਾਂ ਜਿਹੜਾ ਕਿ ਲਾਸਟ ਆਪਣਾ ਰਹੂਗਾ ਤੁਸੀਂ ਕਹਿ ਲਓ ਵੀ ਚਿਮਚਮ ਬ੍ਰਿਜ ਜਿਹੜਾ ਹੈਗਾ ਹੈਗਾ ਚੀਚਮ ਬ੍ਰਿਜ, ਉੱਥੇ ਆਪਾਂ ਜਾਵਾਂਗੇ, ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਜੇ ਰਸਤੇ ਵਿੱਚ ਸਮਾਂ ਮਿਲਿਆ ਤਾਂ ਉਦੋਂ ਅੱਗੇ ਤੁਹਾਨੂੰ ਚੰਦਰਤਾਲ ਵੀ ਦਿਖਾਵਾਂਗੇ।
ਕੋਸ਼ਿਸ਼ ਕਰਦੇ ਹਾਂਗੇ ਆਪਾਂ ਕਿੱਥੋਂ ਤੱਕ ਪਹੁੰਚ ਸਕਦੇ ਹਾਂਗੇ ਅਤੇ ਇਹ ਸਫ਼ਰ ਆਪਾਂ ਕਿੱਦਾਂ ਦਾ ਤੈਅ ਕਰਾਂਗੇ। ਅਤੇ ਚਲੋ ਆਪਾਂ ਮਿਲਦੇ ਹਾਂ ਤੁਹਾਨੂੰ ਜਲਦੀ ਨੈਕਸਟ ਵਲੌਗ ਦੇ ਨਾਲ। ਬਣੇ ਰਹੋ, ਜੁੜੇ ਰਹੋ, ਪਲੀਜ਼ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਿਓ, ਹੋ ਸਕੇ ਤਾਂ ਸ਼ੇਅਰ ਜ਼ਰੂਰ ਕਰਿਓ। ਮਿਲਦੇ ਹਾਂ ਜਲਦੀ ਤੁਹਾਨੂੰ ਨੈਕਸਟ ਵਲੌਗ ਦੇ ਨਾਲ, ਉਦੋਂ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।